ਦੇਖਿਆ ਜਾਵੇ ਜਿਹੜਾ ਸਭ ਤੋਂ ਜ਼ਿਆਦਾ ਤੁਹਾਨੂੰ ਆਪਦੇ ਆਪ ਨੂੰ ਲੱਗਿਆ ਹੋਵੇ ਵੀ ਯਾਰ ਹਾਂ ਮੇਰੀ ਚੀਜ਼ ਨੂੰ ਉਹ ਥਾਂ ਮਿਲ ਗਈ, ਕਿਉਂਕਿ ਸਟੈਚੂ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਬਣਾਉਂਦੇ ਆ, ਪਰ ਤੁਹਾਡੇ ਵਾਲੀਆਂ ਜਿਹੜੀਆਂ ਬਣਾਈਆਂ ਹੋਏ ਕਲਪ ਹੈਗੇ ਨੇ ਗੇ ਉਹਨਾਂ ਦੀ ਦਿੱਖ ਵੱਖਰੀ ਆ, ਲੋਕ ਦੇਖਦੇ ਨੇ ਬਿਲਕੁਲ ਹੂ ਬਹੂ ਉਸ ਤਰ੍ਹਾਂ ਦੀ। ਇਹ ਔਖਾ ਕਿੰਨਾ ਕੰਮ? ਔਖਾ ਤਾਂ ਭਾਜੀ ਪਤਾ ਅਤੀ ਤੱਕ ਹੋਰ ਸੌਖਾ ਹੋਊਗਾ, ਪਰ ਮੇਰੇ ਪੁੱਛਣ ਦਾ ਮਤਲਬ ਹੈ ਵੀ ਸਟੱਡੀ ਕਿੰਨੀ ਕੁ ਹੁੰਦੀ ਆ ਇਹਦੇ 'ਤੇ? ਨਹੀਂ ਸਟੱਡੀ ਤਾਂ ਭਾਜੀ ਹੁੰਦੀ ਆ, ਖੈਰ ਜ਼ੋਰ ਵੀ ਲੱਗਦਾ, ਪਰ ਠੀਕ ਆ, ਨਜ਼ਾਰੇ ਆ ਰਹੇ ਨੇ ਵਧੀਆ। ਹੁੰਦਾ ਵੀ ਕੋਈ ਖਾਸ ਤੌਰ ਤੇ ਵੀ ਆਪਾਂ ਮਟੀਰੀਅਲ ਜਿਹੜਾ ਮਰਜ਼ੀ ਯੂਜ਼ ਕਰਨਾ ਹੋਵੇ ਤੇ ਜਿਵੇਂ ਕਹਿੰਦੇ ਹੁੰਦੇ ਪੈਦਾਇਸ਼ ਕਈ ਵਾਰ ਉਹੀ ਰਹਿੰਦੀ ਆ, ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਿਹਾ ਜਾਵੇ ਖੇਡ ਕਿਹੜੀ ਚੀਜ਼ ਦਾ? ਭਾਜੀ ਮੇਨ ਤਾਂ ਕਲੇਜ 'ਚ ਹੈਗਾ, ਕਲੇਜ ਜਿਹੜਾ ਕਰੈਕਟਰ ਆਏਗਾ ਉਹਨੂੰ ਉਹ ਨਹੀਂ, ਮਤਲਬ ਮੈਟਲ 'ਚ ਜਾਣਾ, ਸਿਲੀਕੋਨ 'ਚ, ਫਾਈਬਰ 'ਚ, ਜੋ ਵੀ ਮੀਡੀਅਮ, ਮਤਲਬ ਉਨਾ ਇੰਪੋਰਟੈਂਟ ਨਹੀਂ। ਕਲੇ ਦੇ ਵਿੱਚ ਉਹ ਕੀ ਨਿਕਲ ਕੇ ਆਉਂਦਾ ਉਹਦੇ ਜਿੰਨਾ ਅਸੀਂ ਰੋਲ ਲਾਉਂਦੇ ਹਾਂ ਜਾਂ ਡਰਾਇੰਗ ਕਰਦੇ ਹਾਂ ਉਹਦੇ ਵਿੱਚ ਪੂਰਾ ਕਰੈਕਟਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕਨਵਰਟ ਹੁੰਦਾ ਬਸ ਉਹਦੇ 'ਚ ਮਟੀਰੀਅਲ 'ਚ।